बटाला दे शुकरपुरा दी गली दे विच मौजूद हाँ जिथे एक व्योता अपनी बच्ची दे नाल ते अपने पिता दे नाल अपने सोरे घर दे बाहर गली च बैठी सोरे परिवार दे खिलाफ ही पिट स्यापा कर रही है। तुसीं देख सकदे हो कि ए ओ व्योता है जो अपनी बच्ची दे नाल ते अपने पिता दे नाल गली दे विच बैठी है। ते ऐ दूसरे पासे तुहानूं मैं तस्वीरां दिखा दियां, ए सोरा घर है इसका जो कि इस दे आउण ते भी दरवाजा नहीं खोल रहे, जिस तो तंग आ के इस व्योता ने अपनी बच्ची दे नाल गली दे विच ही अपने परिवार के खिलाफ मोर्चा खोल दिता है। तुसीं देख सकते हो कि अपने पिता दे नाल ते अपनी एक छोटी बच्ची दे नाल गली दे विच सोहरा परिवार के गेट के सामने बैठ के ही सोहरे परिवार के खिलाफ ही मोर्चा खोलिया होया है। अखां चो अथरू निकल रहे हैं, चीख चीख के कह रही है कि सोहरा परिवार उसनू ते उसकी बच्ची नू घर के अंदर नहीं वरन दे रहे। दूसरे पासे पुलिस प्रशासन को भी गई है, उत्थे भी कहती है कि कोई सुनवाई नहीं हुई है। बार बार दरवाजा गेट सोहरे परिवार का साडे वालों भी खड़काया गया है पर खोलिया नहीं जा रहा। गलबात कर लें हाँ पहला इस बेटी नाल, इस व्योता बेटी नाल की कहना चाहते हैं। नाम की अपना भैजी, तुहाडा नाम? साक्षी। कदों विआह होया इत्थे तुहाडा? विआह 2012 च विआह होया है मेरा। ਅੱਜ ਫਿਰ ਕਿਉਂ ਗਲੀ 'ਚ ਬੈਠੇ? ਗਲੀ 'ਚ ਕਿਉਂ ਬੈਠੇ? ਵੀ ਆ ਇਹਨਾਂ ਨੇ 57 ਘੇਟਿਆ। ਵੀ ਆ ਮੈਨੂੰ ਪਿਛਲੇ ਮਹੀਨੇ ਦੀ 15 ਨੂੰ, ਵੀ ਆ ਪਹਿਲੇ ਮੇਰੀ ਦਰਾਣੀ ਮੇਰੇ ਨਾਲ ਲੜੀ ਪਿਛਲੇ ਮਹੀਨੇ ਤੋਂ ਪਹਿਲੇ 15 ਤਰੀਕ ਤੋਂ ਪਹਿਲੇ ਪਹਿਲੇ ਵੀ ਆ ਦਰਾਣੀ ਲੜੀ ਮੇਰੇ ਨਾਲ। ਵੀ ਆ ਫਿਰ ਵੀ ਮੈਂ ਉਹਨੂੰ ਬੁਲਾਉਂਦੀ ਰਹੀ ਕਿ ਚੱਲ ਮੈਨਾਂ ਘਰ ਵਸ ਜੇ ਮੇਰਾ, ਕਿ ਮੈਨੂੰ ਇਸ ਘਰ ਦੀ, ਮੇਰੀ ਮਾਂ ਬਿਮਾਰ ਹੈ, ਵੀ ਆ ਉਹਨੂੰ ਆਕਸੀਜਨ ਮਸ਼ੀਨ ਲੱਗੀ ਆ। ਮੈਂ ਕਿਹਾ ਮੈਂ ਉੱਥੇ ਚੱਲ ਗਈ, ਮੇਰੀ ਮਾਂ ਹੀ ਨਾ ਮਰ ਜੇ ਮੇਰਾ ਅੱਖਾਂ ਲੈ ਕੇ। ਵੀ ਆ ਮੈਂ ਅੰਦਰੋਂ ਗੁੰਮ ਕਰਕੇ ਸਹਿੰਦੀ ਰਹੀ ਕਿ ਚੱਲ ਮੈਨੂੰ ਅੱਜ ਪਿਆਰ ਨਾਲ ਬੁਲਾਉਣਗੇ, ਕੱਲ੍ਹ ਮੈਨੂੰ ਪਿਆਰ ਨਾਲ ਬੁਲਾਉਣਗੇ। ਇਹ ਵੀ ਆ ਮੁੜਕੇ ਮੇਰਾ ਵੀ ਆ ਖਸਮ ਤੱਕ ਦਰਾਣੀ ਨੇ ਥੱਲੇ ਲੜਿਆ ਆਣ ਕੇ ਕਿ ਤੂੰ ਮੇਰੀ ਨਨਾ ਨਾਨੀ ਨੂੰ ਕਿਉਂ ਬੋਲਿਆ ਬੋਲਿਆ। ਦਰਾਣੀ ਮੇਰੀ ਦੇ ਮੂੰਹੋਂ ਵੀ ਆ ਬੱਕਿਆ ਗਿਆ। ਮੇਰੀ ਧੀ 3 ਮਹੀਨਿਆਂ ਦੀ, ਮੈਂ ਪੇਕੇ ਇਹਨਾਂ ਨੇ ਮੈਨੂੰ ਕੱਟਤਾ ਕਿ ਧੀ ਹੋ ਗਈ ਨਿਕਲ ਇੱਥੋਂ। 10 ਮਹੀਨਿਆਂ ਬਾਅਦ ਵੀ ਆ ਮੈਂ ਘਰ ਵਸਾਉਣ ਕਰਕੇ ਆਪ ਹੀ ਆ ਗਈ ਇਹਨਾਂ ਦੀ ਦਿੱਲੀ ਜਾ ਚੇ। ਮੇਰਾ ਭਰਾ ਛੱਡ ਗਿਆ ਕਿ ਮੈਨੂੰ ਲੈ ਕੇ ਨਹੀਂ ਆਉਂਦਿਆ ਸੀ ਕੋਈ ਵੀ। ਵੀ ਆ ਮੇਰਾ ਬੱਚਾ ਮਾਂ ਪਿਓ ਪਿਓ ਕਰਦਾ ਸੀ, ਬਿਮਾਰ ਹੋਣ ਡੈ ਵੀ ਮੈਂ ਤਾਂ ਵੀ ਆ ਗਈ ਇੱਥੇ ਬੱਚੇ ਪਿੱਛੇ ਕਿ ਚੱਲ ਮੈਂ ਜਨਾਨੀ ਸਹਿ ਲੇਗੀ, ਮਾਂ ਨਹੀਂ ਵੀ ਆ ਸਹਿ ਸਕਦੀ। ਇਹਨਾਂ ਨੇ ਵੀ ਆ ਮੈਨੂੰ ਕੁੱਟ ਮਾਰ ਕੇ ਅੱਗੇ ਵੀ ਕੱਢਿਆ ਸੀ ਵੀ ਆ। ਬਾਅਦ 'ਚ ਵੀ ਆ ਮੇਰਾ ਘਰ ਵਾਲਾ ਲੜਿਆ, ਇੱਕ ਰਾਤ ਬਾਹਰ ਰਿਹਾ ਫੂਲ ਕੇ ਤੇ ਹੈ ਮੇਰੀ ਦਰਾਣੀ ਦੇ ਮੂੰਹੋਂ ਵੀ ਆ ਨਿਕਲਿਆ ਕਹਿੰਦੀ ਕਹਿੰਦੀ ਜਦੋਂ ਪਹਿਲੇ ਰਾਨੇ ਤੇ ਨਹੀਂ 9 ਮਹੀਨੇ ਉਦੋਂ ਬੱਬਾ ਕਦੀ ਮੇਰੇ ਕੋ ਆਉਂਦਾ ਸੀ, ਕਦੀ ਪੂਜਾ ਕੋ ਜਾਂਦਾ ਸੀ, ਕਦੀ ਮਮਤਾ ਕੋ ਜਾਂਦਾ ਸੀ। ਘਰ ਵਾਲਾ ਸਾਥ ਨਹੀਂ ਦਿੰਦਾ? ਘਰ ਵਾਲਾ ਜੋ ਮਾਂ ਕਹਦੇ ਉਹ ਹੀ ਪੱਟੀ ਪੜਦਾ ਜੇ, ਜੋ ਮਾਂ ਕਹਦੇ, ਜੋ ਭੈਣ ਕਹਦੇ, ਜੋ ਭਰਾ ਕਹਦੇ, ਜੋ ਭਰਜਈਆ ਕਹਦੇ ਉਹ ਹੀ ਪੱਟੀ ਪੜਦਾ ਜੇ। ਅੱਜ ਕੀ ਗੱਲ ਹੋਈ ਜਦੋਂ ਤੁਸੀਂ ਵੀ ਆ? ਮੈਂ ਆਪਣੀ ਧੀ ਨੂੰ ਜੋ ਤਾਂ ਮੇਰੇ ਮਾਂ ਪਿਓ ਪੁੱਛਦੇ ਮੇਰੀ ਧੀ ਨੂੰ ਕਿ ਚਿਰਾਬਦੀ ਵਿਆਹ ਹੋਈ ਆ, ਮਾਂ ਪਿਓ ਘਰ ਮੇਰੀ ਧੀ ਕੰਜਕ ਲੈਣ ਗਈ, ਇਹਨਾਂ ਨੂੰ ਮੈਂ ਵੀ ਆ 1.5 ਮਹੀਨਾ ਨਹੀਂ ਮਾਂ ਪਿਓ ਘਰ ਗਈ ਹੈ ਵੀ ਆ 1.5 ਮਹੀਨੇ ਬਾਅਦ ਮੈਂ ਕਿਹਾ ਚੱਲ ਮੈਂ ਜੋਤਾਂ ਤੇ ਜਾਵਾਂਗੀ, ਨਾਲੇ ਮੇਰਾ ਬੱਚਾ ਕੰਜਕ ਲੈ ਲੇਗਾ ਹੈ। ਘਰ 'ਚ ਪੋਤਰੀ ਵੀ ਆ, ਇਹਨਾਂ ਨੇ ਸਾਰੇ ਮਹੱਲੇ ਨੂੰ ਕੰਜਕ ਦਿੱਤੀ, ਇੱਕ ਪੋਤਰੀ ਨੂੰ ਨਹੀਂ ਪੁੱਜਿਆ। ਮੇਰੇ ਬੱਚੇ ਤੱਕ ਨਾ ਹੱਕ ਜੇ ਡੋਲੇ ਕਿ ਛਿੱਤਰ ਨਹੀਂ ਗਾਉਂਦੀ ਨੂੰ ਸਾਡੀ, ਤਾਂ ਤੇਰੀ ਤੂੰ ਧੀ ਨੂੰ ਵੀ ਨਹੀਂ ਬੁਲਾਉਣਾ। ਸਹੁਰਾ ਜਾਂ ਪਤੀ ਕੀ ਕਰਦਾ ਤੁਹਾਡਾ? ਵੀ ਆ ਘਰ ਵਾਲੇ ਮੇਰੇ ਨੇ, ਇਹਨਾਂ ਨੇ 57 ਘੇਟਿਆ ਸੀ। ਕੰਮ ਕੀ ਕਰਦੇ ਹੋ? ਘਰ ਵਾਲਾ ਮੇਰਾ ਮੋਟਰਸਾਈਕਲ ਰਿਪੇਅਰ ਕਰਦਾ ਜੀ, ਮੋਟਰਸਾਈਕਲ ਇੱਥੇ। ਸਹੁਰਾ ਮੇਰਾ ਰਿਟਾਇਰਮੈਂਟ ਜੇ ਝੂਠੀ ਨੌਕਰੀ ਚ ਫੜਿਆ ਗਿਆ ਸੀ ਤਾਂ ਉਹਨਾਂ ਨੇ ਰਿਟਾਇਰ ਕਰਕੇ ਘਰ ਬਿਠਾਇਆ। ਕਿਹੜੇ ਮਹਿਕਮੇ? ਡਰ ਪੁਲਿਸ, ਪੰਜਾਬ ਪੁਲਿਸ ਬੈਠਣ ਦੇ ਤੇ ਵੀ ਆ। ਅੱਜ ਕੋਈ ਗੱਲਬਾਤ ਹੋਈ ਕੀ ਕਹਿੰਦੇ? ਹਾਂਜੀ ਵੀ ਆ, ਮੈਂ ਵੀ ਆ ਜੋਤਾਂ ਤੋਂ ਇਹਨਾਂ ਨੂੰ ਜੋਤਾਂ ਤੋਂ ਬਾਅਦ ਵੀ ਆ ਕਿੰਨੀ ਵਾਰੀ ਇਹਨਾਂ ਨੂੰ ਕਿਹਾ ਕਿ ਮੈਨੂੰ ਘਰੋਂ ਲੈ ਜਾਓ ਆਣ ਕੇ। ਵੀ ਆ ਇਹਨਾਂ ਨੇ ਮੈਨੂੰ ਕਹਿੰਦੇ ਰਹੇ ਕੱਲ ਆਣਾ ਵਾ, ਕਦੀ ਤੂੰ ਬੂਹੇ 'ਚ ਖਲੋ। ਵੀ ਆ ਮੈਂ ਆਪਣੇ ਪੇਕਿਆਂ ਦੀ ਬੂਹੇ 'ਚ ਖਲੋਂਦੀ ਰਹੀ ਕਿ ਆ ਜਾਓ ਮੈਨੂੰ ਲੈ ਜਾਓ, ਆ ਜਾਓ ਮੈਨੂੰ ਲੈ ਜਾਓ। ਵੀ ਆ ਬਾਅਦ 'ਚ ਇਹਨਾਂ ਨੇ ਕੀ ਕੀਤਾ,
फिर भी 8 दिन हो गए भी मैं 9वें तक घर नहीं आना ही। 8वें दिन तो भी पहले 2 दिन पहले मैं इन्होंने फोन किया कि मैनू आन के ये भी लै जाओ है घर वाले अपने नू। भी इन्होंने अगो मैनू कहता मैं अज नहीं लैके जाना, अज उपरली मोंटी ढाई हुई है कि मोंटी ढाई है कुड़ी ने खलारा पे रेट बजरी है मिस्त्री है। भी इन्होंने ये गल कह के मैनू घरों नहीं लियाए भी 8-9वें दिन पैना ही अगले दिन 8वें दिन मैं घरों लिया। पहले इन्हें भी मैं सवेर का इन्होंने कहा अज की गल हुई भैन जी ये गल भी मैं घरे आई जे अजे आंद्या भी मैं अपने बच्चे रात 9:30 बजे मैंने मेरे पेक्यो लाए भी मैं अंदर ही बड़ी जे कुड़ी मेरी सुती हुई मैं अपने बच्चे बैड से लेटाया भी दुध लिया मैं इन्होंने कहा कि दुध फ्रिज रख दो कि बच्चे ने पता नहीं कि टाइम लाना तो खराब ही ना हो जाए मैं बाद चो गर्म कर लें जे भी इन्होंने ही फ्रिज खोली कि चाबी इन्ना कोई भी इन्होंने फ्रिज खोली फ्रिज खोलद सर कहते फ्रिज किने बंद की फ्रिज चुली लग गई है गंद पाया फ्रिज तेन पेके जान की अग लगी कि पेके चल जाए तू पहला इतने उली ला गई फ्रिज नी मेनू नाले भी इन्होंने मैं क्या फ्रिज मैं नहीं बंद की थले मम्मा उन्होंने पूछ लो किन्ने बंद उस तो बाद क्यों एडी लंबी चौड़ी गल भी थले आए थलो के भी इन्होंने कहा कि मैं फ्रिज बंद की मम्मा ने कोठे आए भी इन्होंने झूठ बोलता पौड़िए चढ़ते कहते फ्रिज मैं बंद की तू मेरी माँ का ना कि लाया भी इन्होंने रसोई च मैं दुध गर्म करन दी बच्चा मेरा रो पिया ही उन्होंने चुके मैं अंदर लिया ना आई बच्चे मेरे ने भी मैं स्लैब से बिठाया ही इन्होंने भी खब्बे पासे मेरे इत्थे भी दे तेरी दी मुक्के दे तेरी दी भी मैनू लत्ता वाल पुट मेरे भी मैं अपने बच्चे नू फरी रखा कि मेरे बच्चे दे सट ना लग जाए फिर भी इन्होंने मेरे बच्चे की दुध वाली बोतल आई बच्चे दुध लैन लगी रसोई चो इन्होंने मेरे बच्चे की दुध वाली बोतल पवा के मारी मेरे बच्चे दे वज गई भी पैर उस तो बाद भी पुलिस वाले मेरे अंदर जान बचा के अंदर वर गई भी फिर मेरे मम्मी पापा आए मेरे भरा मेरे पापा आए नाल पुलिस वाले अंकल आए दो सर उन्होंने मैं कमरे च बाहर कढ़िया सर बाद च उन्होंने कहा कि हॉस्पिटल लैके जाओ कि मेरे सट्टा भी अंदरूनी हूं भी कहते मुंडे अपने बेदखल करता है वे लो मुंडा पता नहीं हूं अपने प्यो पुत भुगतान हो गए जे बाहर की कहना चाहते हो तुहाडी बेटी है। हां जी सर जो जिदन घर आई अपने 8 दिन बाद गुड़िया घर आई है आंदा फ्रिज इन्हों का कितने बंद कर छोड़िया इन्होंने गुड़िया चला के गई इन्हें कहा भी कुड़ी तू बंद किदा किया सारा कुछ दसता हूँ की हूँ यह हुई है भी अं इनू कुड़ी पुलिस डिपार्टमेंट के जाके अं कुी मैडिकल करवाया जे सारे काम करवाए जे ऐतवार की गल जे पुलिस ने मैडिकल अं देता उन्होंने MLR कटा के देती है पुलिस ने कोई कार्रवाई नहीं जे की हूँ अं दलजीत सिंह इंचार्ज चौंकी छंबल उन्होंने कहा भी सारे की कार्रवाई करो ये कहता भी मैं मारा भी कुटे तुम क्यों नहीं वो सामने तुम कहें क्यों नहीं गिरफ्तार कर दे क्या तो 57 इतने करके तो कुड़ी घर बालो अं तद परचा करना जे इन घर बालना जे ये दलजीत सिंह सब इंस्पैक्टर की चाहते हो अं चाहते हैं भी ये कुड़ी अंदर वड़े घर च रहे इन्होंने बंद ही कानूनी कार्रवाई इन्होंने बंद ही कानूनी कार्रवाई की जाए मेरी कुड़ी का MLR कटी हुई परचा कटिया हो पुलिस मुलाजमान ने मैनू कुड़ी अंदरों बचा के बाहर कटिया हूँ कोई इन्होंने बंद अं आख्या भी चलो अचा भी नहीं अचा भी नहीं करवा कुड़ी हाड़ी अपने घर जाए जो मर्जी करो कहना चाहते भाई थोड़ी भैन लगती हाँ जी मेरी सिस्टर है तेरा सास सहुरे ने बड़ा तंग किया हो रे मुंडा शराब पी के इन रोज ही कुटदा वा सानू दादी नहीं इन्हें हार हार के एंड के एंड हुई है तो फिर दस्या इन्हें तो उत्थे उत्थे कुछ नहीं बनया साडा क्योंकि इन्होंने उत्थे बंदे लगे हुए हैं पंजाब पुलिस के तो इन्होंने साडा कुछ नहीं बनन दिता तो आप कुड़ी नू घर छड़ के जाना जी अज अगर वो नहीं करते अंदर घर कुड़ी नू रख दे इत्थे मर के जाएगी जां इत्थे मर के जाएगी ये लाश लैके जावांगे इत्थों बिल्कुल तुसीं देख सकते हो कि ये बेटी अपनी एक छोटी बेटी नाल अपने पिता नाल अपने भरा दे नाल गली दे विच ही बैठे हुए ने ते सोहरे परिवार के घर के सामने बैठे तुसीं देख सकते हो गेट सोहरे परिवार का गेट खोल के खड़का के इन्हां नाल गलबात करन की कोशिश करते हैं जे खोलते हैं पर गेट अंदर तुसीं देख सकते हो कि लॉक किया हुआ गेट नहीं खोल रहे पर दूसरे पास जे कह लिया जाए तो यह धी अपने परिवार के नाल अपने पिता के नाल अपने भरा के नाल अपनी बच्ची के नाल गेट के सामने बैठी है गली दे विच सिर्फ यही मंग कर रही है कि वह अपने सहुरे घर च रहना चाहती है पर सहुरा परिवार उसनू रखना नहीं चाहता तो बार बार उसनू तंग ते परेशान करता है दूसरे पासे पुलिस प्रशासन के वलों भी कोई कार्रवाई नहीं की जा रही दूसरे पासे जो गल की जाए इस मसले को लैके तुम देख सकते हो कि इस बेटी की सस जिहड़े ने वो हुण बाहर निकले ने बेटी गेट खोल के तो अंदर वड़ गई है पर उन्हां दी सस इत्थे मौजूद है उन्हां नाल गलबात कर लैने आ कहिं जी की ये मसला सर कोई नूं तीन घरों नहीं कढ़दा जिन्ना इन्हें सानू दुखी किया ना सानू पता अहीं उन्हें कोई व्याया इस करके कढ़न वास्ते नहीं व्याया सारे इल्जाम तुहाडे पति दे उत्ते लगा सानू पता साडे ते लाउंदे
ਸਾਡੇ ਕਿੰਨਾ ਪੁੱਤ ਦਾ ਅਕਤੂਬਰ ਤੇ ਇਹਨੇ ਕੁੜੀ ਨਹੀਂ ਸਾਡੇ ਨਾਲ ਚੱਜ ਨਾਲ ਬੋਲਦੀ ਜਿਉਂ ਦੀ ਕੁੜੀ ਹੋਈ ਸਾਨੂੰ ਕਿਤੇ ਹੱਥ ਨਹੀਂ ਲਾਉਣ ਦਿੰਦੀ ਸਾਰੇ ਕੰਮ ਇਹਦੇ ਕਰ ਕਰਕੇ ਦੇਈਦਾ ਫਿਰ ਵੀ ਆਉਂਦੀ ਸਾਡਾ ਕਰਦੇ ਨੀ दुबारा शुरू हो गया काम ही रोज चंगे जेड़े चंगे बंदे उन्होंने जो बेटी हुई उस तो बाद सारा झगड़ा करना शुरू चलो जो अभी झूठे ने सारे महल कोई आखेगा ਅਸੀਂ ਇਹਨਾਂ ਦੀ ਕੁੜੀ ਨੂੰ ਨਹੀਂ ਚੰਗਾ ਸਮਝਦੇ ਵੀ ਸਾਡੀ ਚਲੋ ਮਾਰਾ ਨਹੀਂ ਦਿੱਤੀ ਸਾਡੇ ਪੁੱਤ ਦਿੱਤੀ ਆ ਸਾਨੂੰ ਮਾੜੀ ਲੱਗਣੀ ਤੁਹਾਡਾ ਬੇਟਾ ਤੇ ਤੁਹਾਡੇ ਹਸਬੰਡ ਕਿੱਥੇ ਨੇ ਉਹ ਕਿਤੇ ਗਏ ਕੰਮ ਗਏ ਤੇ ਫਿਰ ਹੁਣ ਤੇ ਉਹ ਅੰਦਰ ਜ਼ਬਰਦਸਤੀ ਚ ਚਲੇ ਗਏ ਤੁਸੀਂ ਜਦੋਂ ਗੇਟ ਖੋਲਿਆ ਉਹ ਹੀ ਨਾ ਫਿਰ ਹੁਣ ਤੁਸੀਂ ਭੰਨੀ ਜਾਂਦੇ ਹਾਰ ਕੇ ਫਿਰ ਕਿੰਨਾ ਬੋਲ ਬਣ ਸੁਣਨਾ ਬੋਲਣ ਡਈ ਆ ਕਹਿ ਸਕਦੀ ਕਿਸੇ ਨੂੰ ਕੁਛ ਬਿਲਕੁਲ ਬੇਟੀ ਆਪਣੇ ਛੋਟੀ ਬੇਟੀ ਨੂੰ ਲੈ ਕੇ ਆਪਣੇ ਪਿਤਾ ਤੇ ਆਪਣੀ ਮਾਤਾ ਆਪਣੇ ਭਰਾ ਦੇ ਨਾਲ ਆਪਣੇ ਸਹੁਰੇ ਪਰਿਵਾਰ ਦੇ ਗੇਟ ਦੇ ਸਾਹਮਣੇ ਬੈਠੀ ਸੀ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਗੇਟ ਬਾਰ ਬਾਰ ਉਸ ਪਰਿਵਾਰ ਦੇ ਵੱਲੋਂ ਖੜਕਾਇਆ ਗਿਆ ਅਤੇ ਸਹੁਰੇ ਪਰਿਵਾਰ ਦੇ ਵਿੱਚੋਂ ਉਸ ਬੇਟੀ ਦੀ ਸੱਸ ਨੇ ਗੇਟ ਖੋਲ੍ਹਿਆ ਤਾਂ ਉਹ ਬੇਟੀ ਆਪਣੇ ਪਰਿਵਾਰ ਨਾਲ ਅੰਦਰ ਜਾ ਚੁੱਕੀ ਹੈ ਸੱਸ ਜੋ ਹੈ ਉਹ ਬਾਹਰ ਖੜ੍ਹੀ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਜਿੱਥੇ ਬੇਟੀ ਸਹੁਰੇ ਪਰਿਵਾਰ 'ਤੇ ਮਾਰ ਕੁਟਾਈ ਦੇ ਇਲਜ਼ਾਮ ਲਗਾ ਰਹੀ ਸੀ ਆਰੋਪ ਲਗਾ ਰਹੀ ਸੀ ਉੱਥੇ ਹੀ ਉਸ ਬੇਟੀ ਦੀ ਸੱਸ ਨੇ ਆਪਣੀ ਨੂੰਹ 'ਤੇ ਹੀ ਆਰੋਪ ਲਗਾ ਦਿੱਤੇ ਨੇ ਦੂਸਰੇ ਪਾਸੇ ਜੇ ਮੁਹੱਲਾ ਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਇਹੀ ਕਹਿ ਰਹੇ ਨੇ ਕਿ ਸਹੁਰੇ ਪਰਿਵਾਰ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਉਹਨਾਂ ਦੀ ਕਦੀ ਕੋਈ ਗੱਲ ਨਹੀਂ ਸੁਣੀ ਪਰ ਫਿਰ ਵੀ ਇਹ ਕਲੇਸ਼ ਪਰਿਵਾਰ ਦੇ ਵਿੱਚ ਪਿਆ ਅਤੇ ਪਿਆ ਕਿਉਂ ਇਹ ਸੋਚਣ ਵਾਲੀ ਗੱਲ ਹੈ ਕੈਮਰਾ ਪਰਸਨ ਪਰਮਿੰਦਰ ਦੇ ਨਾਲ ਭੋਪਾਲ ਸਿੰਘ ਪੰਜਾਬ ਨਿਊਜ਼ ਬਟਾਲਾ